ਜਿਹੜਾ ਸ਼ੇਅਰ ਕੋਡ ਹੁੰਦਾ ਉਹ ਤੁਹਾਡੇ ਰਾਈਟ ਟੂ ਵਰਕ ਅਤੇ ਰਾਈਟ ਟੂ ਰੈਂਟ ਨੂੰ ਪ੍ਰੂਵ ਕਰਦਾ। ਕਈ ਬੰਦਿਆਂ ਨੂੰ ਇਹ ਜਨਰੇਟ ਕਰਨਾ ਨਹੀਂ ਆਉਂਦਾ। ਅੱਜ ਤੁਹਾਨੂੰ ਮੈਂ ਸ਼ੇਅਰ ਕੋਡ ਜਨਰੇਟ ਕਰਕੇ ਦਿਖਾਊਂਗਾ ਸਿਰਫ 30 ਸਕਿੰਟਾਂ ਦੇ ਵਿੱਚ। ਸਿਰਫ ਆਹ BRP ਚਾਹੀਦਾ ਹੋਊਗਾ ਤੁਹਾਨੂੰ ਸ਼ੇਅਰ ਕੋਡ ਜਨਰੇਟ ਕਰਨ ਵਾਸਤੇ। ਤਾਂ ਚੱਲਦੇ ਹਾਂ ਵੀਡੀਓ ਬੰਨੀ, ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ। ਜੇ ਤੁਹਾਨੂੰ ਸ਼ੇਅਰ ਕੋਡ ਜਨਰੇਟ ਕਰਨ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਵੀਡੀਓ ਤੁਹਾਡੀ ਬਹੁਤ ਹੈਲਪ ਕਰ ਸਕਦੀ। ਇੱਥੇ ਇਹਦਾ ਆਹ ਵੈਬਸਾਈਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਜ਼ਰੂਰ ਪਾ ਦੂੰਗਾ ਅਤੇ ਇੱਥੋਂ ਕਰਾਂਗੇ। ਹੁਣ ਆਪਾਂ ਟਾਈਮਰ ਮੈਂ ਆਪਦਾ ਸ਼ੁਰੂ ਕਰਨ ਜਾ ਰਹੇ ਹਾਂ, ਟਾਈਮਰ ਸ਼ੁਰੂ ਹੋਊਗਾ। ਇੱਥੇ ਆਪਾਂ ਚੂਜ਼ ਕਰਨਾ ਆਇਆ ਹੈ ਬਾਇਓਮੈਟ੍ਰਿਕ ਰੈਜੀਡੈਂਸ ਕਾਰਡ ਪਰਮਿਟ ਨੋਨ ਐਜ਼ ਵੀਜ਼ਾ, ਯੈਸ ਇਹ ਤਾਂ ਕਰਨਾ ਹੀ ਹੁੰਦਾ। ਅਤੇ ਫਿਰ ਆਪਣਾ ਇੱਥੇ ਜਿਹੜਾ ਬਾਇਓਮੈਟ੍ਰਿਕ ਰੈਜੀਡੈਂਸ ਪਰਮਿਟ ਨੰਬਰ ਹੈ BRP ਦਾ, ਉਹ ਪਾਉਣਾ। ਇਹ ਨੰਬਰ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਇਹ ਤੁਸੀਂ ਕਿਸੇ ਨੂੰ ਵੀ ਸ਼ੋਅ ਨਹੀਂ ਕਰਨਾ ਹੁੰਦਾ। ਤਾਂ ਇਹ ਉਦੋਂ ਬਾਅਦ ਤੁਹਾਡਾ ਡੇਟ ਆਫ ਬਰਥ। ਹੁਣ ਆਹ ਇੰਟਰਨੈਟ ਬਹੁਤ ਜ਼ਿਆਦਾ ਟਾਈਮ ਲੈਂਦਾ, ਜੇ ਇਹ ਟਾਈਮ ਨਾ ਲੈਂਦਾ ਹੁੰਦਾ ਹੁਣ ਨੂੰ ਗੱਲ ਬਣ ਜਾਣੀ ਜੀ। ਆਹ ਚੱਕ, ਆਹ ਆ ਗਿਆ ਤੁਹਾਡਾ ਰਾਈਟ ਟੂ ਵਰਕ ਗੈਟ ਦਾ ਸ਼ੇਅਰ ਕੋਡ, ਇੱਥੋਂ ਆਪਾਂ ਲੈਣਾ। ਅਤੇ ਚੱਕ, ਆਹ ਆ ਗਿਆ ਤੁਹਾਡਾ ਸ਼ੇਅਰ ਕੋਡ ਬਾਬਾ ਜੀ। ਇੱਥੇ ਤੁਸੀਂ ਦੇਖ ਸਕਦੇ ਹੋ, ਮੈਂ ਸ਼ਾਇਦ ਮੈਂ ਲੱਗਦਾ ਹੋ ਗਿਆ ਫੋਕਸ। ਆਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡਾ ਸ਼ੇਅਰ ਕੋਡ ਆ ਗਿਆ, ਅਤੇ ਉੱਤੇ ਤੁਸੀਂ ਟਾਈਮ ਦੇ ਸਕਦੇ ਹੋ ਵੀ ਕੀ ਟਾਈਮ ਹੈ ਕੀ ਨਹੀਂ। ਉਹ ਮੈਨੂੰ ਨਹੀਂ ਪਤਾ, ਉਹ ਮੈਂ ਜੋ ਟਾਈਮਰ ਸ਼ੁਰੂ ਕਰੂੰਗਾ ਉਹ ਪਤਾ ਲੱਗੂਗਾ। ਠੀਕ ਹੈ, ਇੰਪਲੋਇਰ ਦਾ ਇੱਥੇ ਈਮੇਲ ਐਡਰੈਸ ਜਦੋਂ ਭਰੋਂਗੇ ਤਾਂ ਤੁਸੀਂ ਕੰਟੀਨਿਊ ਕਰੋਗੇ। ਸੋਰੀ, ਉਹ ਸੇਫ ਰੱਖਣ ਵਾਸਤੇ ਨਹੀਂ ਸੀ, ਇਹ ਇੰਪਲੋਇਰ ਨੂੰ ਸੈਂਡ ਕਰਨ ਵਾਸਤੇ ਹੈ। ਤਾਂ ਇੰਪਲੋਇਰ ਨੂੰ ਸੈਂਡ ਕਰੋਗੇ, ਇੰਪਲੋਇਰ ਦਾ ਈਮੇਲ ਐਡਰੈਸ ਇੱਥੇ ਭਰ ਕੇ ਕੰਟੀਨਿਊ ਕਰੋਗੇ, ਸਿੱਧਾ ਇੰਪਲੋਇਰ ਨੂੰ ਜਾ ਉੜੂਗਾ। ਤਾਂ ਇਹਦਾ ਸਕਰੀਨਸ਼ੋਟ ਲੈ ਕੇ ਤੁਸੀਂ ਰੱਖ ਸਕਦੇ ਹੋ। ਇੱਕ ਗੱਲ ਹੋਰ, ਇਹ ਜਿਹੜਾ ਸ਼ੇਅਰ ਕੋਡ ਆ ਉਹ 3-4 ਮਹੀਨਿਆਂ ਵਾਸਤੇ ਵੈਲਿਡ ਹੁੰਦਾ। ਜਿਵੇਂ ਹੁਣ ਮੰਨ ਲਓ ਇਹਦੇ ਵਿੱਚ ਲਿਖਿਆ ਵੀ ਦਿਸ ਕੋਡ ਇਜ਼ ਵੈਲਿਡ ਅੰਟਿਲ 31 ਅਕਤੂਬਰ 2024। ਤਾਂ 31 ਅਕਤੂਬਰ ਤੱਕ ਇਹ ਕੋਡ ਵੈਲਿਡ ਹੈ, 31 ਅਕਤੂਬਰ ਤੱਕ ਇਹੀ ਕੋਡ ਚਲਾ ਸਕਦੇ ਹੋ ਤੁਸੀਂ, ਨਵਾਂ ਜਨਰੇਟ ਕਰਨ ਦੀ ਲੋੜ ਨਹੀਂ। ਠੀਕ ਹੈ, ਤਾਂ ਇੰਨਾ ਕੁ ਕੰਮ ਹੀ ਹੁੰਦਾ ਸ਼ੇਅਰ ਕੋਡ ਜਨਰੇਟ ਕਰਨ ਦਾ। ਬਸ ਤੁਹਾਨੂੰ ਵੱਧ ਤੋਂ ਵੱਧ 30 ਸਕਿੰਟ 1 ਮਿੰਟ ਜ਼ਰੂਰ ਲੱਗੂਗਾ, ਅਤੇ ਆਹੀ ਤੁਸੀਂ ਆਪਦੀਆਂ ਡਿਟੇਲਾਂ ਜਿਹੜੀਆਂ ਤੁਸੀਂ ਵੀਡੀਓ ਦੇਖੀਆਂ ਇਹ ਭਰਨੀਆਂ ਹੁੰਦੀ, ਉਦੋਂ ਬਾਅਦ ਤੁਹਾਡਾ ਸ਼ੇਅਰ ਕੋਡ ਤੁਹਾਡੇ ਕੋਲ ਆ ਜਾਂਦਾ ਹੈਗਾ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ। ਬਸ ਆਹੀ ਸੀ ਵੀਡੀਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੀਡੀਓ ਨੂੰ ਜਿਨ੍ਹਾਂ ਨੂੰ ਸ਼ੇਅਰ ਕੋਡ ਜਨਰੇਟ ਕਰਨ ਦੇ ਵਿੱਚ ਦਿੱਕਤ ਹੁੰਦੀ ਹੈ, ਅਤੇ ਆਉਣ ਵਾਲੀਆਂ ਵੀਡੀਓਆਂ ਦੇ ਵਾਸਤੇ ਸਟੇ ਟਿਊਨਡ।